ਲੋਕਾਂ ਨੂੰ ਭੁੱਲਿਆ ਭਟਕਿਆਂ ਨੂੰ, ਮਹਾਰਾਜ ਵਿੱਚ ਗਲਤਾਨ ਹੋਇਆਂ ਨੂੰ ਯਾਦ ਦਿਲਾਉਣ ਵਾਸਤੇ ਭਾਈ ਜੋ ਕੁਛ ਤੁਸੀਂ ਦੇਖਦੇ ਹੋ, ਇਸ ਤੋਂ ਇਲਾਵਾ ਇਦੋਂ ਚੰਗੇਰਾ, ਇਦੋਂ ਉਚੇਰਾ, ਇਦੋਂ ਸੁਹਨੇਰਾ ਇੱਕ ਹੋਰ ਦੁਨੀਆਂ ਵੀ ਹੈ। ਉਹ ਦੁਨੀਆਂ ਜਿਹਦੇ ਰਸ ਹੀ ਰਸ ਹੈ, ਦੁਨੀਆਂ ਇੱਕ ਹੋਰ, ਉਹ ਹੈ ਕਿੱਥੇ? ਕੋਈ ਅਸਮਾਨਾਂ ਤੇ ਹੈ ਜਾਂ ਪਤਾਵਾਂ ਚ ਹੈ? ਨਹੀਂ, ਤੁਹਾਡੇ ਅੰਦਰ ਹੈ, ਹਰੇਕ ਦੇ ਅੰਦਰ ਹੈ ਭਾਈ। ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ ਤੇ ਲੱਭੇ ਕੌਣ? ਸਾਨੂੰ ਤਾਂ ਇੱਥੋਂ ਦੇ ਰਸ ਇੰਨੇ, ਇੱਥੋਂ ਦੇ ਰਸਾਂ ਕਸਾਂ ਚ ਇੰਨੇ ਸੀ, ਆਓ ਗਾਹ ਲੰਘਿਆ ਗਾਹਾਂ। ਬਾਕੀ ਬਸ ਅਸੀਂ ਇੱਥੋਂ ਦੇ ਰਸਾਂ ਕਸਾਂ ਚ, ਇਹ ਦਿਸਨਹਾਰ ਵਿੱਚ, ਦਿਸਨਹਾਰ ਸਾਨੂੰ ਸੱਚ ਲੱਗਦਾ ਹੈ। ਆਓ ਜੀ ਗੁਰਬੀਰ ਸਿੰਘ ਇੱਥੇ ਮੇਰੇ ਸਾਹਮਣੇ ਬੈਠੋ, ਤਾਂ ਸਵਾਦ ਆਉਂਦਾ। ਬਸ ਬਸ ਹਾਂਜੀ, ਇੱਥੋਂ ਦਾ ਰਸ ਰਸ, ਇੱਥੋਂ ਦੇ ਖੁੱਲੀਆਂ ਚੀਜ਼ਾਂ ਦੇ ਵਿੱਚ, ਇੱਥੋਂ ਦੀਆਂ ਐਸ਼ ਵਿੱਚ, ਇੱਥੇ ਮਾਇਆ ਵਿੱਚ ਅਸੀਂ ਇਤਨੇ ਗਲਤਾਨ ਹੋਏ ਹਾਂ ਕਿ ਸਾਨੂੰ ਇਸ ਤੋਂ ਬਾਹਰ ਕੋਈ ਅਣਡਿੱਠੀ ਚੀਜ਼ ਦੀ ਗੱਲ ਕਰਦਾ ਹੈ ਤਾਂ ਉਹ ਯਕੀਨ ਨਹੀਂ ਆਉਂਦਾ। ਜਿਹੜਾ ਇੱਥੇ ਤੰਗ ਆਇਆ ਹੋਵੇ, ਉਹ ਮਹਾਰਾਜਾ ਵੈਰਾਗ ਹੋਵੇ, ਇਹ ਖਾ ਖਾ ਕੇ, ਪੀ ਪੀ ਕੇ, ਐਸ਼ ਕਰ ਕਰਕੇ, ਹੁਣ ਸਾਰੀ ਦੁਨੀਆ ਐਸ਼ ਕਰ ਕਰਕੇ ਮਾਇਆ ਦੇ ਐਕਸਟ੍ਰੀਮ ਤੇ ਪਹੁੰਚ ਗਈ ਹੈ, ਦਿਮਾਗ ਇਹਦੇ ਐਕਸਟ੍ਰੀਮ ਤੇ ਪਹੁੰਚ ਗਿਆ। ਹੁਣ ਦੇਖਦੇ ਹੈ ਵੀ ਉਤੋਂ ਗਾਹ ਹੈ ਨੀ ਕੋਈ, ਐਸ਼ ਦੀ ਵੀ ਅੰਤ ਹੋ ਗਈ ਹੈ, ਸੁੱਖ ਦੀ ਵੀ ਅੰਤ ਹੋ ਗਈ ਹੈ, ਮਾਇਆ ਦੀ ਵੀ ਅੰਤ ਹੋ ਗਈ, ਸਾਇੰਸ ਦੀ ਵੀ ਅੰਤ, ਖੋਜ ਦੀ ਵੀ ਅੰਤ, ਅੰਤ ਅੰਤ ਤਾਈਂ ਪਹੁੰਚ ਕੇ ਫਿਰ ਵੀ ਦੇਖਦੇ ਹੈ ਕਿ ਮਨ ਸ਼ਾਂਤ ਨਹੀਂ ਹੈ, ਮਨ ਨੂੰ ਕੋਈ ਰਸ ਨਹੀਂ ਆਇਆ, ਕੋਈ ਰੰਗ ਨਹੀਂ ਆਇਆ, ਕੋਈ ਚਾਉ ਨਹੀਂ ਪੁੱਜਿਆ, ਕੋਈ ਠੰਡ ਨਹੀਂ ਪਈ। ਹੁਣ ਮੁੜਦੇ ਹੈ, ਜਾਂ ਤਾਂ ਇਉਂ ਮੁੜੇ ਜਾਂ ਪਿਛਲੇ ਜਾਣਗੇ, ਜਾਂ ਤਾਂ ਇਹ ਮੁੜਨਗੇ ਜਦੋਂ ਭੱਜੇ ਜਾਂਦੇ ਜਾ ਕੇ ਸਿਰ ਫਟਦਾ ਕੰਧੇ ਨਾਲ, ਉਦੋਂ ਮੁੜਨਗੇ। ਭਾਈ ਠੀਕ ਹੈ, ਗੁਰਬਾਣੀ ਚ ਕਿਹਾ ਹੋਇਆ ਖੁਆਰ ਹੋਏ ਸਭ ਮਿਲ ਗਏ। ਭਾਈ ਖੁਆਰ ਹੋ ਕੇ ਮਿਲਣਾ ਹੈ ਪਹਿਲਾਂ, ਅੱਗੋਂ ਮੁੜ ਪਾ। ਉਹ ਸਿਆਣਪ ਕਾਹਦੀ ਹੋਈ? ਉਹ ਸਿਆਣਪ ਕਾਹਦੀ ਹੋਈ ਜੀ? ਸਿਰ ਪਾੜ ਕੇ ਹੀ ਮੁੜਿਆ, ਅੱਗੋਂ ਮੁੜ ਪਾ। ਤੇ ਯਾ ਉਹ ਜਿਹਨਾਂ ਨੇ ਅਜੇ ਮੈਲ ਇੰਨੀ ਨਹੀਂ ਲੱਗੀ, ਇੰਨੇ ਦੁਨੀਆਂ ਚ ਨਹੀਂ ਖੁੱਬੇ, ਉਹਨਾਂ ਨੂੰ ਉਚੇਰੀ ਭੁੱਖ ਹੈ, ਉਹਨਾਂ ਦੀ ਮਨ ਸਾਫ਼ ਹੈ, ਉਹਨੂੰ ਉਚੇਰੀ ਗੱਲ ਕੋਈ ਚੰਗੀ ਲੱਗਦੀ ਹੈ, ਉਹ ਸੰਗਤ ਵਿੱਚ ਆਉਂਦੇ ਹੈ, ਸੁਣਦੇ ਹੈ, ਉਹਨੂੰ ਚਾਅ ਉੱਠਦਾ ਹੈ ਸੰਗਤ ਵਿੱਚ। ਸੰਗਤ ਵਿੱਚ ਮਿਲ ਕੇ ਕਰੋ ਕਹਾਣੀਆਂ ਸਮਰਤ ਕੰਤ ਦੀਆਂ। ਹੁਣ ਕੰਤ ਦੀਆਂ ਗੱਲਾਂ ਉਹ ਸਮੇਂ ਜਿਹੜਾ ਹੈ, ਜਿਹੜੀ ਸੁਹਾਗਣ ਹੋਵੇ ਉਹੀ ਕੰਤ ਨਾਲ ਰਹਿ ਕੇ ਜਿਹੜਾ ਰੰਗ ਰਸ ਮਾਣਦੀ ਹੈ, ਜਿਹੜਾ ਉਹਨੂੰ ਸਵਾਦ ਆਉਂਦਾ ਹੈ, ਉਹ ਤਾਂ ਸਿਰਫ ਸੁਹਾਗਣ ਹੀ ਦੱਸ ਸਕਦੇ। ਸੋ ਸੁਹਾਗਣਾਂ ਦੁਨੀਆਂ ਤੇ ਬਹੁਤ ਥੋੜੀਆਂ ਨੇ, ਕਿਉਂਕਿ ਦੁਨੀਆਂ ਤਾਂ ਹੈ ਤਮਾਸ਼ਾ, ਇੱਥੇ ਤਾਂ ਸਭ ਦੁਹਾਗਣੇ ਹੈ।